दीप सिद्धू गद्दार ते 100% गलत बंदा। अज उन्हाले 5-7 मिनटा दे विच आपां सारी गल क्लीयर कर दांगे, सारी गल क्लीयर कर दांगे। दीप सिद्धू तुसी आप दसोगे कि दीप सिद्धू दा असली करैक्टर की है। दीप सिद्धू गद्दार ते 100% गलत बंदा। अज आपां बेतुकी गल नहीं करांगे, 100% सबूतां दे नाल, तुक्कां दे नाल, तर्क नाल गल करांगे। कोई भी बेतुकी गल नहीं होगी। आपां गल करांगे जदों तो दीप सिद्धू हाईलाइट होया किसान अंदोलन करके। ते दोस्तों दीप सिद्धू मर गया क्योंकि एह जे बंदयां नूं जिहड़े गलत ते गद्दार हुंदे ने उहनां नूं मौत ही मिलदी हुंदी आ। इत्थे सच्चे सुच्चे ते भोले भाले बंदयां नूं तां सियासत मिलदी आ, कुर्सियां मिलदियां ने, लोक प्यार दिंदे ने, है ना। आपां शुरू गल करांगे उत्थों जदों तो दीप सिद्धू सियासत दे विच आया, ਕਿਵੇਂ ਉਹਨੇ ਸਿਆਸਤ ਦੇ ਵਿੱਚ ਲੋਕਾਂ ਦੇ ਨਾਲ ਗੱਦਾਰੀ ਕਰੀ, ਕਿਵੇਂ ਉਹ ਲਾਲ ਕਿਲੇ ਵਾਲੀ ਘਟਨਾ ਤੋਂ ਬਾਅਦ ਕਾਫੀ ਜ਼ਿਆਦਾ ਬਦਨਾਮੀ ਉਹਨੇ ਖੱਟੀ, ਲੋਕਾਂ ਨੂੰ ਉਹਦੇ ਬਾਰੇ ਪਤਾ ਵੀ ਲੱਗ ਗਿਆ, ਬਹੁਤ ਕੁਛ ਹੋਇਆ। ਆਪਾਂ ਸਾਰੀਆਂ ਗੱਲਾਂ ਤੇ ਜਿਹੜੀ ਅੱਜ ਗੱਲਬਾਤ ਕਰਾਂਗੇ। ਤੇ ਇਸ ਵੀਡੀਓ ਦੇ ਉੱਤੇ ਕਮੈਂਟ ਜ਼ਰੂਰ ਕਰਨਾ, ਜ਼ਰੂਰ ਤੋਂ ਜ਼ਰੂਰ ਕਰਨਾ, ਪਰ ਐਂਡ ਤੇ ਕਰਨਾ ਸਾਰੀ ਵੀਡੀਓ ਸੁਣਨ ਤੋਂ ਬਾਅਦ, ਕਿਉਂਕਿ ਇਹ ਆਉਣ ਵਾਲੇ 5-7 ਮਿੰਟਾਂ ਦੇ ਵਿੱਚ ਆਪਾਂ ਸਾਰੀ ਗੱਲ ਕਲੀਅਰ ਕਰ ਦਾਂਗੇ, ਸਾਰੀ ਗੱਲ ਕਲੀਅਰ ਕਰ ਦਾਂਗੇ। ਦੀਪ ਸਿੱਧੂ ਤੁਸੀਂ ਆਪ ਦੱਸੋਗੇ ਕਿ ਦੀਪ ਸਿੱਧੂ ਦਾ ਅਸਲੀ ਕਰੈਕਟਰ ਕੀ ਹੈ, ਆਖਿਰ ਦੀਪ ਸਿੱਧੂ ਕੌਣ ਸੀ, ਦੀਪ ਸਿੱਧੂ ਕਿਉਂ ਆਇਆ ਸਾਡੇ ਵਿਚਕਾਰ, ਉਹਨੂੰ ਕੀ ਲੋੜ ਸੀ। ਵਧੀਆ ਸੋਹਣਾ ਉਹਦਾ ਕੰਮ ਚੱਲਦਾ ਸੀ, ਵਧੀਆ ਉੱਪਰ ਤੱਕ ਲਿੰਕ ਸੀ, ਮੋਦੀ ਤੱਕ, ਸੰਨੀ ਦਿਓਲ ਹੋਰਾਂ ਤੱਕ ਲਿੰਕ ਸੀ, ਤੇ ਕਾਫੀ ਜਿਹੜਾ ਉਹਦਾ ਕੰਮ ਸੀ ਕਾਫੀ ਵਧੀਆ ਸੀ, ਹਾਈ ਪ੍ਰੋਫਾਈਲ ਬੰਦਾ, ਉਹਦੀ ਪ੍ਰੋਫਾਈਲ ਬੜੀ ਹਾਈ ਸੀ ਤੇ ਵਧੀਆ ਆਪਦੇ ਲੈਵਲ ਤੇ ਬਹੁਤ ਹਾਈ ਫਾਈ ਬੰਦਾ ਸੀ। ਉਹਨੂੰ ਕੀ ਲੋੜ ਸੀ ਆਮ ਲੋਕਾਂ ਦੇ ਵਿੱਚ ਆਉਣ ਦੀ, ਵਿਚਰਨ ਦੀ, ਅਤੇ ਕਿਉਂ ਉਹਨੂੰ ਕੀ ਲਾਲਚ ਸੀ, ਕਿਉਂ ਆਇਆ ਸੀ, ਸਾਰੀਆਂ ਗੱਲਾਂ ਤੇ ਆਪਾਂ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਮੈਂ ਇੱਕ ਤੁਹਾਨੂੰ ਥੋੜੀ ਜਿਹੀ ਇੱਕ ਚੀਜ਼ ਦਿਖਾ ਦਵਾਂ ਦੀਪ ਸਿੱਧੂ ਬਾਰੇ, ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਦੇਖ ਰਹੇ ਹਾਂ। ਤਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਜਦੋਂ ਤੋਂ ਦੀਪ ਸਿੱਧੂ ਦੀ ਡੈਥ ਹੋਈ ਹੈ, ਐਕਸੀਡੈਂਟ ਹੋਇਆ, ਉਦੋਂ ਤੋਂ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਸਿਰਫ ਦੀਪ ਸਿੱਧੂ, ਆ ਤੁਸੀਂ ਦੇਖ ਸਕਦੇ ਹੋ, ਸਿਰਫ ਦੀਪ ਸਿੱਧੂ, ਦੀਪ ਸਿੱਧੂ, ਸਿਰਫ ਤੇ ਸਿਰਫ ਦੀਪ ਸਿੱਧੂ, ਆ ਕੋਈ ਵੀ ਵੀਡੀਓ ਤੁਸੀਂ ਕੱਢ ਕੇ ਦੇਖ ਲਓ ਸੋਸ਼ਲ ਮੀਡੀਆ ਦੇ ਉੱਤੇ, ਸਿਰਫ ਦੀਪ ਸਿੱਧੂ ਬਾਰੇ ਹੀ ਮੇਰੇ ਖਿਆਲ ਚ ਤਕਰੀਬਨ ਹਜ਼ਾਰਾਂ ਵੀਡੀਓ ਪੈ ਚੁੱਕੀਆਂ ਨੇ ਕੱਲ ਦੀਆਂ, ਦੀਪ ਸਿੱਧੂ ਆਖਰੀ ਵੀਡੀਓ ਵਗੈਰਾ ਵਗੈਰਾ ਕਾਫੀ ਕੁਛ, ਦੀਪ ਸਿੱਧੂ ਦੀਪ, ਮਤਲਬ ਸੋਸ਼ਲ ਮੀਡੀਆ ਦੇ ਉੱਤੇ ਕੱਲਾ ਦੀਪ ਸਿੱਧੂ, ਦੀਪ ਸਿੱਧੂ ਤੇ ਦੀਪ ਸਿੱਧੂ ਹੋ ਰਿਹਾ। ਇਸ ਤੋਂ ਬਿਨਾਂ ਹੋਰ ਕੋਈ ਸੋਸ਼ਲ ਮੀਡੀਆ ਤੇ ਕੋਈ ਖਬਰ ਹੀ ਨਹੀਂ ਹੈਗੀ, ਆ ਤੁਸੀਂ ਦੇਖ ਸਕਦੇ ਹੋ ਆਪਣੀ ਅੱਖਾਂ ਨਾਲ। ਤੇ ਦੋਸਤੋ ਕੁਝ ਇਹ ਹੁਣ ਆਪਾਂ ਆਉਂਦੇ ਹਾਂ ਮੇਨ ਮੁੱਦੇ ਦੀ ਗੱਲ ਕੀ ਹੈ। ਦੀਪ ਸਿੱਧੂ ਜਦੋਂ ਕਿਸਾਨੀ ਅੰਦੋਲਨ ਸ਼ੁਰੂ ਹੁੰਦਾ, ਸਿੰਘੂ ਵੱਡ ਦੇ ਉੱਤੇ ਕਾਫੀ ਜ਼ਿਆਦਾ ਲੋਕ ਇਕੱਠੇ ਹੁੰਦੇ ਨੇ, ਧਰਨਾ ਦਿੱਤਾ ਜਾਂਦਾ, ਉੱਥੇ ਦੀਪ ਸਿੱਧੂ ਆਉਂਦਾ। ਦੀਪ ਸਿੱਧੂ ਬੇਬਾਕ ਬੋਲਿਆ, ਕਾਫੀ ਬੇਬਾਕ ਬੋਲਿਆ, ਜਿਹਦੇ ਕਰਕੇ ਦੀਪ ਸਿੱਧੂ ਦੀ ਫੈਨ ਫੋਲੋਇੰਗ ਸੀ ਅਚਾਨਕ ਹੀ ਬਹੁਤ ਵੱਡੀ ਹੋ ਗਈ। ਦੀਪ ਸਿੱਧੂ ਚਰਚਾ ਦਾ ਵਿਸ਼ਾ ਬਣ ਗਿਆ, ਜਿਹੜੇ ਕਾਫੀ ਲੰਬੇ ਸਮੇਂ ਤੋਂ ਕਿਸਾਨ ਅੰਦੋਲਨ ਦੇ ਵਿੱਚ ਧਰਨੇ ਦੇ ਰਹੇ ਸੀ, ਕਿਸਾਨ ਅੰਦੋਲਨ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਸੀ, ਉਹਨਾਂ ਨੂੰ ਕਿਤੇ ਪਛਾੜ ਗਿਆ ਦੀਪ ਸਿੱਧੂ, ਬਹੁਤ ਜਲਦੀ ਅੱਗੇ ਆ ਗਿਆ, ਕਿਉਂਕਿ ਕੰਜਰੀ ਕਹਿ ਸਕਦੇ ਹਾਂ, ਜਜ਼ਬਾਤੀ ਸੀ, ਲੋਕਾਂ ਦੇ ਦਰਦ ਨੂੰ ਸਮਝਦਾ ਸੀ, ਇਸ ਕਰਕੇ, ਹੈ ਨਾ। ਉਸ ਤੋਂ ਬਾਅਦ ਜਦੋਂ ਆਪਾਂ ਥੋੜਾ ਜਿਹਾ ਅੱਗੇ ਵਧਦੇ ਹਾਂ, ਦੀਪ ਸਿੱਧੂ ਹਾਈਲਾਈਟ ਹੁੰਦਾ, ਉਹ ਦਿੱਲੀ ਧਰਨੇ ਤੱਕ ਜਾਂਦੇ ਨੇ, ਦਿੱਲੀ ਧਰਨਿਆਂ ਦੇ ਵਿੱਚ ਵੀ ਬੜਾ ਬੇਬਾਕ ਬੋਲਦਾ। ਕੁਛ ਜਿਹੜੇ ਪੰਜਾਬ ਦੇ ਸਿਆਸਤਦਾਨ ਸੀਗੇ ਜਿਨ੍ਹਾਂ ਨੇ ਕਿਸਾਨ ਅੰਦੋਲਨ ਦੇ ਵਿੱਚੋਂ ਕੁਛ ਖੱਟਣਾ ਸੀ, ਜਿਨ੍ਹਾਂ ਨੂੰ ਲੱਗਦਾ ਸੀ ਕਿਸਾਨ ਅੰਦੋਲਨ ਦੇ ਵਿੱਚ ਅਸੀਂ ਕੁਛ ਖੱਟ ਸਕਦੇ ਹਾਂ, ਉਹਨਾਂ ਨੂੰ ਲੱਗਿਆ ਵੀ ਦੀਪ ਸਿੱਧੂ ਦੀ ਫੈਨ ਫੋਲੋਇੰਗ ਕਾਫੀ ਵੱਡੀ ਹੁੰਦੀ ਜਾ ਰਹੀ ਹੈ। ਦੋਸਤੋ ਜਿਹੜਾ ਗਲਤ ਬੰਦਾ ਹੁੰਦਾ ਉਸ ਨੂੰ ਪਹਿਲਾਂ ਹੀ ਡਰ ਹੁੰਦਾ ਕਿ ਮੈਂ ਲੋਕਾਂ ਦੀਆਂ ਨਜ਼ਰਾਂ 'ਚ ਆਉਣ ਤੋਂ ਬਚਾਂ ਤੇ ਸਿਰਫ ਮੇਰੀ ਅੱਛਾਈ ਹੀ ਲੋਕਾਂ ਦੇ ਵਿੱਚ ਜਾਵੇ, ਮੇਰੀ ਕੋਈ ਬੁਰਾਈ ਨਾ ਜਾਵੇ। ਪਰ ਜਿਹੜਾ ਇੱਕ ਚੰਗਾ ਇਨਸਾਨ ਹੁੰਦਾ ਉਹਨੂੰ ਨਾ ਚੰਗੇ ਨਾਲ ਮਤਲਬ ਹੁੰਦਾ ਨਾ ਬੁਰੇ ਨਾਲ ਮਤਲਬ ਹੁੰਦਾ, ਉਹਨੂੰ ਸਿਰਫ ਲੋਕਾਂ ਦੇ ਨਾਲ ਖੜਨ, ਲੋਕਾਂ ਦੀ ਗੱਲ 'ਚ ਗੱਲ ਕਰਨ, ਲੋਕਾਂ ਨੂੰ ਸਹੀ ਜਾਂ ਗਲਤ ਦੀ ਦਿਸ਼ਾ ਦੇਣ ਤੱਕ ਮਤਲਬ ਹੁੰਦਾ। ਤੇ ਜਿਹੜੇ ਗਲਤ ਬੰਦੇ ਹੁੰਦੇ ਨੇ ਉਹਨਾਂ ਨੇ ਇਹ ਚੀਜ਼ ਦੇਖਣਾ ਹੁੰਦਾ ਵੀ ਯਾਰ ਕਿਹਦਾ ਗ੍ਰਾਫ, ਕਿਹੜੇ ਬੰਦੇ ਦਾ ਗ੍ਰਾਫ ਉੱਪਰ ਨੂੰ ਜਾ ਰਿਹਾ, ਕਿਵੇਂ ਉਹਨੂੰ ਡੇਗਿਆ ਜਾਵੇ। ਇਹ ਗ੍ਰਾਫ ਜਿਹੜਾ ਇਸ ਟਾਈਮ ਦੀਪ ਸਿੱਧੂ ਦਾ ਗ੍ਰਾਫ ਸੀ ਉਹ ਟੌਪ ਨੂੰ ਜਾ ਰਿਹਾ ਸੀ, ਤਹਾਂ ਨੂੰ ਜਾ ਰਿਹਾ ਸੀ, ਮੌਤ ਤਾਂ ਮਿਲਣੀ ਸੀ, ਲਾਜ਼ਮੀ ਸੀ, ਕਿਉਂਕਿ ਉਹਨੇ ਗੱਦਾਰੀ ਕਰੀ ਸੀ, ਪੰਜਾਬੀਆਂ ਦੇ ਨਾਲ
खड़न करके उन्हें गद्दारी करी सी दिल की गल कह करके उन्हें गद्दारी करी सी पंजाबियों नू सही दिशा दिखा के। नहीं तो जेड़े लीडर जेड़े किसान अंदोलन जिन्हें काफी सारे नहीं मैं कह सकता कुछ क लोग जेड़े फायदा खट्टण लई गए सी नफा खट्टण लई गए सी नहीं ओ तां दीप सिद्धू दी इस बेबाक बोलनी तो भी तंग सी क्योंकि लोगों के दिलों के दीप सिद्धू लई जगह बनती जा रही सी दीप सिद्धू हीरो बनता जा रहा सी जो ओ नहीं चाहते सी ते उस तो बाद हुण जदों अपना किसान अंदोलन लंघ गया किसान अंदोलन तो बाद किन्ने खुलासे भी होए ने किन्ने लोग साडियां अखां दे सामने सियासत दे विच आए भी ने। एक दीप सिद्धू दे नाल मैं नाम नहीं लेना चाहूंगा एक होर हीरो सी लोगों दे विच दीप सिद्धू दे नाल। तां दोस्तों जे आपां गल करिए हुण दोहां दी क्यों नहीं बनी आपां च हमेशा ये गल आउंदी रही है कि यार ये दोने इकट्ठे क्यों नहीं हो जांदे दीप सिद्धू ते अदर परसन जिहड़ा। ते दोस्तों इहदा भी एक बहुत वड्डा कारण सी क्योंकि दीप सिद्धू नू सियासत दे नाल कोई मतलब नहीं सी इस करके वह बेबाक बोलता सी जज्बाती सी ते जिहड़ा दूजा बंदा सी उन्हें सियासत दे विच आउणा सी ओह दिमाग नाल मक्खी मारदा सी उहनू कोई मतलब नहीं सी लोकां दे नाल हमदर्दी दा ओह क्योंकि ओह आपदा सही जिहड़ा प्लान दे के ओह आपदी सही सेध दे के लोकां दा हीरो भी बनना चाहुंदा सी ते किसे भी पॉइंट ते गलत भी साबित नहीं होना चाहुंदा सी इस करके गलत बंदे दी ते सही बंदे दी बहुत घट बनदी हुंदी है। हुण मैं सही इत्थे दूजे नूं कह रहा गलत इत्थे दीप सिद्धू नूं कह रहा क्योंकि कौम दे लई बोलण वाला हमेशा कौम दा गद्दार हुंदा है हमेशा कौम दा गद्दार हुंदा क्योंकि साडी कौम दे विच जिहड़ियां भेडां ने भेडां दी कोई नसल नहीं हुंदी भेडां सिर्फ भेडां हुंदियां ने उहनां नूं मैं करन तक मतलब हुंदा उहनां नूं फॉलो करन तक मतलब हुंदा है भेडां तां किसे नूं भी फॉलो कर लैणियां उहनां दी कोई जात नहीं हुंदी भेडां दी कोई जमीर नहीं हुंदी भेडां मरियां जमीरां वालियां हुंदियां ने। ते अज दीप सिद्धू साडा वीर दीप सिद्धू साडा भाई दीप सिद्धू बारे बहुत सारियां गल्लां कहियां जा रहियां ने पर सिर्फ ओह एक वीडियो सोशल मीडिया दे उत्ते वायरल होई सी एक वीडियो जिहदे विच किसान आगू एक किसान बड़ा लीडर जिसने लाल किले वाली जिहड़ी घटना हुई सी लाल किले की घटना तो ठीक पहला यह बयान दिता सी कि ट्रैक्टर मार्च सीधा लाल किले नू जाऊगा वह पुरानी वीडियो कढ के भी देख सकते हो बेतुकी गल नहीं करूंगा बिल्कुल तुक दे नाल गल करूंगा लाल किले नू जाऊगा लाल किले नू कमांड देण तो बाद जदों दीप सिद्धू दी उत्थे लाल किले दे उत्ते पहुंच के वीडियो वायरल हुंदी है ਤਾਂ ਜਦੋਂ ਦੀਪ ਸਿੱਧੂ ਉੱਥੇ ਉਹ ਵੀਡੀਓ ਸਾਰਿਆਂ ਦੇ ਫੋਨਾਂ ਦੇ ਵਿੱਚ ਪਹੁੰਚ ਜਾਂਦੀ ਹੈ ਦੀਪ ਸਿੱਧੂ ਹਰੇਕ ਬੰਦੇ ਲਈ ਇੱਕ ਵੱਡਾ ਕਿਰਦਾਰ ਬਣ ਜਾਂਦਾ ਹੈ ਹਰੇਕ ਬੰਦੇ ਲਈ ਦਿਲਾਂ ਦੇ ਉੱਤੇ ਛਾ ਜਾਂਦਾ ਹੈ ਇੱਕ ਹੀਰੋ ਬਣ ਜਾਂਦਾ ਹੈ ਕਿ ਆਪਣੇ ਸਾਰੇ ਕਹਿੰਦੇ ਵੀ ਉਹ ਦੇਖੋ ਦੀਪ ਸਿੱਧੂ ਨੇ ਝੰਡਾ ਚੜਾਤਾ ਦੀਪ ਸਿੱਧੂ ਨੇ ਜਾ ਕੇ ਦੀਪ ਸਿੱਧੂ ਨੇ ਆਪਣੇ ਹੱਕ ਲਈ ਆਵਾਜ਼ ਜਾ ਕੇ ਲਾਲ ਕਿਲੇ ਤੇ ਬੁਲੰਦ ਕਰੀ ਹੈ ਇਹ ਪੰਜਾਬ ਦਾ ਪੁੱਤ ਹੈ ਇਹ ਸ਼ੇਰ ਪੁੱਤ ਹੈ ਇਹ ਸਾਡੀ ਕੌਮ ਦਾ ਹੀਰਾ ਹੈ ਇਹ ਸਾਡੀ ਕੌਮ ਦਾ ਵਾਰਸ ਬਣਨ ਵਾਲਾ ਹੈ ਇਸ ਬੰਦੇ ਚ ਦਮ ਹੈਗਾ ਕਿ ਸਾਡੇ ਨਾਲ ਜ਼ਰੂਰ ਖੜੂਗਾ ਉਸ ਤੋਂ ਬਾਅਦ ਜਦੋਂ ਉਹ ਹੀਰੋ ਅਨਾਉਂਸਿਆ ਜਾ ਚੁੱਕਿਆ ਸੀ ਲੋਕਾਂ ਦੇ ਦਿਲਾਂ ਚ ਕੁਝ ਹੀ ਘੰਟਿਆਂ ਦੇ ਵਿੱਚ ਲੋਕਾਂ ਦੇ ਦਿਲਾਂ ਤੇ ਛਾ ਗਿਆ ਉਸ ਤੋਂ ਬਾਅਦ ਬਿਆਨ ਆਉਂਦੇ ਨੇ ਕਿਸਾਨ ਆਗੂਆਂ ਦੇ ਕਿ ਆਪਾਂ ਤਾਂ ਯਾਰ ਪਿੱਛੇ ਰਹਿ ਗਏ ਹੁਣ ਕੀ ਕਰਿਆ ਜਾਵੇ ਕਿਉਂ ਨਾ ਜਿਹੜਾ ਇਹਨੇ ਝੰਡਾ ਚੜਾਇਆ ਇਸ ਨੂੰ ਹੀ ਉਲਟ ਬਣਾ ਦਿੱਤਾ ਜਾਵੇ ਉਹਨਾਂ ਨੇ ਕੀ ਕਰਿਆ ਦੀਪ ਸਿੱਧੂ ਨੂੰ ਗੱਦਾਰ ਸਾਬਤ ਕਰਨ ਦੇ ਲਈ ਇਹ ਗੱਲੇ ਖਤਮ ਕਰਤੀ ਕਿ ਲਾਲ ਕਿਲੇ ਨੂੰ ਜਾਣਾ ਤਾਂ ਕਿਸਾਨ ਅੰਦੋਲਨ ਨੂੰ ਭੰਗ ਕਰਨਾ ਸੀ ਕਿਸਾਨ ਅੰਦੋਲਨ ਨੂੰ ਖਤਮ ਕਰਨਾ ਸੀ ਕਿਸਾਨ ਅੰਦੋਲਨ ਦਾ ਮਕਸਦ ਲਾਲ ਕਿਲੇ ਤੇ ਜਾਣਾ ਹੈ ਹੀ ਨਹੀਂ ਸੀ ਲਾਲ ਕਿਲੇ ਤੇ ਜਾਣਾ ਤਾਂ ਮਕਸਦ ਹੀ ਨਹੀਂ ਸੀ ਕਿਸਾਨਾਂ ਦਾ ਤੇ ਇਹ ਦੀਪ ਸਿੱਧੂ ਦੀ ਇੱਕ ਸੋਚੀ ਸਮਝੀ ਚਾਲ ਸੀ ਕਿਸਾਨ ਅੰਦੋਲਨ ਨੂੰ ਖਤਮ ਕਰਨ ਵਾਸਤੇ ਇਹ ਬਿਆਨ ਆਉਂਦੇ ਨੇ ਕਿਸਾਨ ਆਗੂਆਂ ਦੇ ਕਿਸਾਨ ਲੀਡਰਾਂ ਦੇ ਜਿਹੜੇ ਅੱਜ ਪਿੱਛਾ ਦਿਖਾ ਕੇ ਰਾਜਨੀਤੀ ਦੇ ਵਿੱਚ ਧੱਕੇ ਖਾਣ ਲੱਗ ਰਹੇ ਨੇ ਤੇ ਉਹਨੂੰ ਕੋਈ ਰਾਜਨੀਤੀ ਨਾਲ ਮਤਲਬ ਨਹੀਂ ਸੀ ਸੋ ਦੋਸਤੋ ਇਹੋ ਜਿਹੇ ਬੰਦੇ ਬਹੁਤ ਘੱਟ ਜਨਮ ਲੈਂਦੇ ਹੁੰਦੇ ਨੇ ਜਿਹੜੇ ਵਾਕਈ ਕੌਮ ਲਈ ਖੜਦੇ ਨੇ ਤੇ ਕੌਮ ਦਾ ਵੀ ਹੱਕ ਬਣਦਾ ਕਿ ਉਹਨੂੰ ਗੱਦਾਰ ਸਾਬਤ ਕਰੇ ਕਿਉਂਕਿ ਕੌਮ ਦੇ ਵਿੱਚ ਨਾ ਭੇਡਗਿਰੀ ਜ਼ਿਆਦੇ ਆ ਗਈ ਔਰ ਹੱਕ ਬਣਦਾ ਹੁਣ ਕੌਮ ਦਾ ਉਸ ਨੂੰ ਗੱਦਾਰ ਕਹਿਣ ਦੇ ਲਈ ਉਸ ਨੂੰ ਗੱਦਾਰ ਸਾਬਤ ਕਰਨ ਦੇ ਲਈ ਮਿੰਟ ਚ ਇੱਕ ਮਿੰਟ ਚ ਮੱਥੇ ਤੇ ਲਿਖਤਾ ਗੱਦਾਰ ਦੀਪ ਸਿੱਧੂ ਗੱਦਾਰ ਦੀਪ ਸਿੱਧੂ ਗੱਦਾਰ ਕਿਉਂਕਿ ਉਹ ਜਜ਼ਬਾਤੀ ਸੀ ਉਹ ਤੁਹਾਡੇ ਲਈ ਬੋਲਦਾ ਸੀ ਉਹ ਤੁਹਾਡੇ ਲਈ ਖੜਦਾ ਸੀ ਉਹਨੂੰ ਗੱਦਾਰ ਬਣਾਉਣਾ ਇੱਕ ਬਹੁਤ ਵੱਡਾ ਮਕਸਦ ਸੀ ਬਹੁਤ ਵੱਡੀ ਚਾਲ ਸੀ ਤਾਂ ਕਿ ਤੁਹਾਡੇ ਦਿਲਾਂ ਦੇ ਵਿੱਚੋਂ ਦੀਪ ਸਿੱਧੂ ਨੂੰ ਕੱਢਿਆ ਜਾ ਸਕੇ
ਤੇ ਦੀਪ ਸਿੱਧੂ ਨੂੰ ਕੱਢ ਕੇ ਉਹਨਾਂ ਦੇ ਜਿਹੜੇ ਇਸ ਅੰਦੋਲਨ ਤੋਂ ਨਫਾ ਖੱਟ ਰਹੇ ਨੇ ਉਹ ਪਿੱਛੇ ਪੈਣ ਲੱਗ ਰਹੇ ਨੇ, ਉਹਨਾਂ ਦੇ ਅਕਸ਼ ਨੇ, ਉਹਨਾਂ ਦੇ ਚਿਹਰੇ ਨੇ ਧੁੰਦਲੇ ਹੁੰਦੇ ਜਾ ਰਹੇ ਨੇ, ਉਹ ਆਪਦਾ ਧੁੰਦਲਾ ਚਿਹਰਾ ਚਮਕਾਉਣ ਵਾਸਤੇ ਏਦਾਂ ਦੇ ਬੇਹੂਦੇ ਬਿਆਨ ਦਿੰਦੇ ਸੀ ਤਾਂ ਕਿ ਦੀਪ ਸਿੱਧੂ ਨੂੰ ਲੋਕਾਂ ਦੇ ਦਿਲਾਂ ਦੇ ਵਿੱਚੋਂ ਕੱਢਿਆ ਜਾ ਸਕੇ। ਤੇ ਦੀਪ ਸਿੱਧੂ ਜਜ਼ਬਾਤੀ ਬੰਦਾ ਸੀ, ਬਿਲਕੁਲ ਜਜ਼ਬਾਤੀ ਬੰਦਾ ਸੀ, 100% ਜਜ਼ਬਾਤੀ ਸੀ। ਤੇ ਜਿਹੜੇ ਦੂਜੇ ਸੀ ਉਹ ਸਿਆਸਤੀ ਸੀ, ਉਹ ਸਿਆਸਤ ਦੇ ਤੌਰ ਤੇ ਗੱਲ ਕਰਦੇ ਸੀ, ਇਹ ਜਜ਼ਬਾਤੀ ਸੀ, ਇਹ ਤੁਹਾਡੇ ਹੱਕਾਂ ਲਈ ਗੱਲ ਕਰਦਾ ਸੀ। ਦੀਪ ਸਿੱਧੂ ਗੱਦਾਰ ਹੈ ਤੇ ਗਲਤ, ਹਾਂ ਹੁਣ 100% ਗਲਤ ਕਿਹਾ ਮੈਂ, ਸਾਨੂੰ ਛੱਡ ਕੇ ਅੱਧ ਵਿਚਾਲੇ ਗਿਆ, ਉਹ ਤਾਂ ਗਲਤ ਹੈ ਉਹ ਸਾਨੂੰ ਛੱਡ ਕੇ ਚਲਾ ਗਿਆ। ਜਿਹੜੀ ਪੰਜਾਬ ਦੀ ਸਿਆਸਤ ਹੈ, ਪੰਜਾਬ ਦੀ ਹਕੂਮਤ ਹੈ, ਉਹ ਕੀ ਲੋਕਾਂ ਦੇ ਨਾਲ ਕੀ ਹੋ ਰਿਹਾ, ਸ਼ਰਮ ਨਹੀਂ ਆਉਂਦੀ ਲੋਕਾਂ ਨੂੰ, ਚੱਕ ਚੱਕ ਕੇ ਝੰਡੇ ਉਹਨਾਂ ਪਾਰਟੀਆਂ ਦੇ ਮਗਰ ਜਾਂਦੇ ਨੇ, ਬੰਨ ਬੰਨ ਕੇ ਟੌਰੇ, ਸ਼ਰਮ ਨਹੀਂ ਆਉਂਦੀ ਲੋਕਾਂ ਨੂੰ, ਜਾਂਦੇ ਨੇ। ਔਰ ਕਿਸਾਨ ਅੰਦੋਲਨ ਦੇ ਵਿੱਚ ਕੀ ਕਹਿੰਦੇ ਸੀ ਉਹ ਭੁੱਲ ਗਏ, ਮਰਗੀਆਂ ਜ਼ਮੀਰਾਂ ਕਾਲੀਆਂ ਦੇ ਪਿੱਛੇ ਤੁਰੇ ਫਿਰਦੇ ਹੋ, ਜਿਨ੍ਹਾਂ ਨੇ ਕਿੰਨੇ ਸਾਲ ਹੋ ਗਏ ਪੰਜਾਬ ਨੂੰ ਲੁੱਟ ਕੇ ਖਾ ਲਿਆ, ਕਿਹਦੇ ਪਿੱਛੇ ਨਹੀਂ ਤੁਸੀਂ ਧੱਕੇ ਖਾਂਦੇ ਫਿਰਦੇ। ਇੱਥੇ ਸਹੀ ਬੋਲਣ ਵਾਲਿਆਂ ਦੇ ਸਿਰ ਪਰਚੇ ਹੁੰਦੇ ਨੇ, ਜਿਵੇਂ ਕਿ ਮੇਰੇ ਸਿਰ ਵੀ ਹੋ ਰਿਹਾ, ਦੋ ਤਿੰਨ ਹੋ ਰਿਹਾ। ਆਹ ਪਿੱਛੇ ਟੋਲ ਪਲਾਜ਼ਾ ਵਾਲੀ ਤੁਸੀਂ ਵੀਡੀਓ ਵਾਇਰਲ ਦੇਖੀ ਹੋਣੀ, ਉਹਦੇ ਲਈ ਵੀ ਮੈਨੂੰ ਕਿੰਨੀਆਂ ਧਮਕੀਆਂ ਆ ਰਹੀਆਂ ਨੇ। ਮੈਨੂੰ ਇਹਨਾਂ ਨਾਲ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ, ਮਤਲਬ ਡੇਲੀ ਧਮਕੀਆਂ ਆਉਂਦੀਆਂ ਨੇ, ਪਰਚੇ ਵੀ ਹੁੰਦੇ ਨੇ, ਸਾਰਾ ਕੁਛ ਹੁੰਦਾ, ਕੋਈ ਚੱਕਰ ਨਹੀਂ। ਪਰ ਮੈਂ ਇੱਕ ਵਾਰ ਫੇਰ ਤੋਂ ਕਹੂੰਗਾ ਕਿ ਭੇਡਾਂ ਹੁੰਦੀਆਂ ਨੇ, ਭੇਡਾਂ ਦੀ ਨਾ ਕੋਈ ਜਾਤ ਹੁੰਦੀ ਹੈ, ਨਾ ਕੋਈ ਇਮਾਨ ਹੁੰਦਾ, ਨਾ ਕੋਈ ਕਿਸਮ ਹੁੰਦੀ ਹੈ, ਭੇਡਾਂ ਸਿਰਫ ਭੇਡਾਂ ਹੁੰਦੀਆਂ ਨੇ। ਤੇ ਆਪਦੇ ਆਪ ਨੂੰ ਪਹਿਚਾਣੋ, ਉਹ ਭੇਡਾਂ ਤੋਂ ਵੱਖ ਆਪਣੇ ਆਪ ਨੂੰ ਦਿਖਾਉਣ ਦੀ ਕੋਸ਼ਿਸ਼